ਅੱਜ ਦੇ ਇਸ ਦਿਨ ਦੀ ਪੀੜ ਨੂੰ ਮਹਿਸੂਸ ਕਰਦਿਆਂ ਹੋਇਆਂ ਲਹਿੰਦੇ ਪੰਜਾਬ ਦੇ ਇੱਕ ਅਜ਼ੀਮ ਪੰਜਾਬੀ ਲਿਖਾਰੀ ਅਫਜ਼ਲ ਅਹਿਸਨ ਰੰਧਾਵਾ ਹੋਣਾ ਨੇ ਇੱਕ ਲੰਮੀ ਕਵਿਤਾ ਲਿਖੀ ਜਿਹਦੇ ਵਿੱਚ ਇਸ ਸਾਰੇ ਦੁੱਖ ਔਰ ਦਰਦ ਨੂੰ ਅੱਖਰਾਂ ਰਾਹੀਂ ਬਿਆਨ ਕੀਤਾ ਗਿਆ। 77 ਵਰ੍ਹਿਆਂ ਦੇ ਅਫਜ਼ਲ ਅਹਿਸਨ ਰੰਧਾਵਾ ਹੋਣੇ, ਉਹਨਾਂ ਦਾ ਇੰਟਰਵਿਊ ਕਰਨ ਲਈ ਜਦੋਂ ਮੈਂ ਲੈਲਪੁਰ ਗਿਆ ਤੇ ਅੱਜ ਵੀ ਇਹ ਕਵਿਤਾ ਪੜ੍ਹਦਿਆਂ ਹੋਇਆਂ ਉਹਨਾਂ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਰੁੜ ਪਏ ਜਿਹੜੇ ਤੁਸੀਂ ਆਪ ਮਹਿਸੂਸ ਕਰੋਗੇ। ਆਓ ਇਹ ਸ਼ਾਰਟ ਇੰਟਰਵਿਊ ਸੁਣਨੇ ਆ ਜੀ। ਆਪਣੇ ਸੁਣਨ ਵਾਲੇ ਨੂੰ ਦੱਸ ਜਾਈਏ ਕਿ ਅੱਜ ਇੱਕ ਖਾਸ ਮੁਲਾਕਾਤ ਦਾ ਉਪਰਾਲਾ ਕੀਤਾ ਹੈ ਅਸੀਂ ਉਸ ਹਸਤੀ ਦੇ ਨਾਲ ਜਿਨ੍ਹਾਂ ਦਾ ਕੰਪੇਅਰ ਹੋਣ ਤੋਂ ਅੱਡ ਮੈਂ ਬੜਾ ਵੱਡਾ ਫੈਨ ਹਾਂ, ਔਰ ਮੇਰੇ ਬਜ਼ੁਰਗ ਉਸਤਾਦ ਅਲਾਗਰੀ ਕੇ ਰਹਿਮਤ ਕਰੇ ਅਬਾਸ ਨਜ਼ਮੀ ਹੁਣ ਕਹਿੰਦੇ ਸਨ ਕਿ ਜਦੋਂ ਕੋਈ ਬਜ਼ੁਰਗ ਜਿਹੜਾ ਉਸ ਸਿਰ ਤੇ ਹੋਵੇ ਤੇ ਫਿਰ ਇੱਜੜ ਸਿੱਧਾ ਰਹਿੰਦਾ, ਸੋ ਰੱਬ ਦੀ ਜ਼ਾਤ ਇਹਨਾਂ ਨੂੰ ਸਲਾਮਤ ਰੱਖੇ। ਮੇਰੀ ਮੁਰਾਦ ਆ ਅਫਜ਼ਲ ਅਹਿਸਨ ਰੰਧਾਵਾ ਹੋਣਾ ਤੋਂ ਜਿਹੜੇ ਲੈਲਪੁਰ ਤੋਂ ਨੇ, ਔਰ ਲੈਲਪੁਰ ਇਹਨਾਂ ਦੀ ਪਛਾਣ ਉਹਨਾਂ ਨੇ ਪੂਰੀ ਦੁਨੀਆਂ 'ਚ ਲੈਲਪੁਰ ਨੂੰ ਅਦਬ ਦੇ ਹਵਾਲੇ ਦੇ ਨਾਲ ਪਛਾਣ ਦਿੱਤੀ। ਮੇਰੇ ਰੂਬਰੂ ਨੇ ਸਬਰ ਆ ਜਿਹੜਾ ਉਹ ਮੈਥੋਂ ਵੀ ਸੱਚੀ ਗੱਲ ਹੈ ਕਿ ਏਡਾ ਕੋਈ ਨਹੀਂ ਹੋਣ ਡਿਆ, ਸੋ ਗੱਲਬਾਤ ਆ ਜਿਹੜੀ ਉਹਦਾ ਮੁੱਢ ਬੰਨੇ ਆ। ਅਸਲਾਮ ਵਾਲੇਕੁਮ ਬਾਬਾ ਜੀ, ਜੀ ਆਇਆਂ ਨੂੰ। ਵਾਲੇਕੁਮ ਸਲਾਮ। ਬਚਪਨ ਤੋਂ ਲੈ ਕੇ ਵੰਡ ਆਈ, ਦੋਵੇਂ ਮੁਲਕਾਂ ਦੇ ਮੁਤੱਕੇ ਲੱਗੇ, ਤੁਹਾਡੀਆਂ ਲਿਖਤਾਂ ਦੇ ਵਿੱਚੋਂ ਵੰਡ ਦਾ ਕੁਛ ਦੁੱਖ ਦਰਦ ਆ ਜਿਹੜਾ ਉਹ ਵੀ ਦਿਸਦਾ ਹੈ, ਜਦਕਿ ਸਾਡੇ ਲਿਖਾਰੀਆਂ ਦੇ ਵਿੱਚੋਂ ਕੋਈ 90 ਨੇ ਜਿਹੜੇ ਉਹ ਇਸ ਵੰਡ ਦੇ ਹੱਕ 'ਚ ਸਨ, ਕੋਈ 10 ਦੇ ਖਿਲਾਫ਼ ਸਨ। ਤੁਸੀਂ ਦੱਸਾਂ ਜੀ ਆਪਣੇ ਆਪ ਨੂੰ ਗਿਣਦੇ ਜੀ 90 'ਚ? ਨਹੀਂ, ਮੈਨੂੰ ਨਹੀਂ ਪਤਾ ਕਿੰਨਾ ਚਾਹੁੰਦਾ ਮੈਂ ਇਹ ਸਮਝਣਾ ਕਿ ਵੰਡ ਤੇ ਹੁਣ ਪਾਕਿਸਤਾਨ ਬਣਨਾ ਚਾਹੀਦਾ ਸੀ, ਵੰਡ ਹਿੰਦੁਸਤਾਨ ਦੀ ਹੋਣੀ ਚਾਹੀਦੀ ਸੀ, ਪੰਜਾਬ ਦੀ ਨਹੀਂ। ਪੰਜਾਬ ਦੀ ਵੰਡ ਜਿਹੜੀ ਹੈ ਨਾ ਜੀ, ਉਹ ਤਾਂ ਇੰਝ ਆ ਜਿਵੇਂ ਸਾਡੇ ਧੜ ਦੇ ਦੋ ਟੁੱਟੇ ਹੋਏ ਨੇ। ਕਾਇਦ ਆਜ਼ਮ ਸਾਹਿਬ ਮਰਹੂਮ ਨੇ ਅਤੇ ਸਿੱਖ ਭਰਾਵਾਂ ਨੂੰ ਕਿਹਾ ਸੀ ਵੀ ਰੁਕ ਜਾਓ, ਇੱਥੇ ਤੁਹਾਡੇ ਹਕੂਕ ਸਾਰੇ, ਪੰਜਾਬ ਵੰਡੋ ਨਾ। ਔਰ ਪੰਜਾਬ ਵੰਡ ਦਾ ਨਾਂ ਨਾ ਸਾਡੇ ਮਸਲੇ ਪਾਣੀ ਦੇ ਬਣਦੇ, ਨਾ ਸਾਡੇ ਝਗੜੇ ਆ ਜਿਹੜੇ 3-4 ਜੰਗਾਂ ਇੰਡੀਆ ਨਾਲ ਹੋ ਚੁੱਕੀਆਂ ਨਾ ਹੁੰਦੀਆਂ। ਸੋ ਹੁਣ ਤਾਂ ਸਰਵਾਈਵਲ ਦੀ ਲੜਾਈ ਹੈ, ਉਹ ਅਮਨ ਦੀ ਫਾਖਤਾ ਵਾਲਿਆਂ ਦੇ ਨੇ ਜੀ। ਲਕੀਰ ਨਹੀਂ ਹੋਣੀ ਚਾਹੀਦੀ, ਲਕੀਰ ਹੋਣੀ ਚਾਹੀਦੀ ਹੈ। ਦੋ ਮੁਲਕ ਬਣ ਗਏ ਨੇ, ਇਹਨਾਂ ਨੂੰ ਰਹਿਣਾ ਚਾਹੀਦਾ, ਲੇਕਿਨ ਆਪਣੀ ਆਪਣੀ ਹਦੂਦ 'ਚ ਰਹਿਣ, ਅੱਛੇ ਹਮਸਾਇਆਂ ਵਾਂਗਰ। ਤੁਸੀਂ ਦੋਸਤ ਬਦਲ ਸਕਦੇ ਹੋ, ਹਮਸਾਇਆ ਤਾਂ ਨਹੀਂ ਨਾ ਬਦਲ ਸਕਦੇ। ਸੋ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ। ਅਤੇ ਪੰਜਾਬ ਤਾਂ ਇੰਝ ਹੀ ਵੰਡਿਆ ਜਿਵੇਂ ਸਾਡੇ ਮੇਰੇ ਆਪਣੇ ਦੋ ਟੁੱਟੇ ਹੋਏ ਨੇ। ਪੰਜਾਬ ਦਾ ਤਾਂ ਦੁੱਖ ਹੈ ਔਰ ਰਹੇਗਾ, ਇਹ ਹੁਣ ਪਤਾ ਨਹੀਂ ਉਹ 90% ਵਾਲਿਆਂ 'ਚ ਮੈਂ ਕਿ ਦੱਸਾਂ 'ਚ, ਮੈਨੂੰ ਨਹੀਂ ਪਤਾ। ਅੱਛਾ, ਤੁਹਾਡੀਆਂ ਲਿਖਤਾਂ ਦੇ ਵਿੱਚੋਂ ਵੀ ਪੰਜਾਬ ਦਾ ਦੁੱਖ ਦਰਦ ਲੱਭਾ, 84 ਦੇ ਜਿਹੜੇ ਕਹਿ ਲਵੋ ਕਿ ਜ਼ੁਲਮ ਸੀਗਾ ਸਿੱਖ ਕੌਮ ਦੇ ਉੱਤੇ, ਉਹਨੂੰ ਵੀ ਤੁਸੀਂ ਲਿਖਤੀ ਸ਼ਕਲ 'ਚ ਲੈ ਕੇ ਆਏ, ਔਰ ਫਿਰ ਉਹ ਕਮਾਲ ਮਚਿਆ। ਮੌਕੇ ਦਾ ਫਾਇਦਾ ਚੁੱਕਦੇ ਹੋਇਆਂ ਮੇਰੀ ਬੜੀ ਰੀਝ ਹੈ ਕਿ ਅੱਜ ਤੁਹਾਡੀ ਜ਼ੁਬਾਨੀ ਹੀ ਤੁਹਾਡੀ ਉਹ ਲਿਖਤ ਆ ਜਿਹੜੀ ਉਹ ਜ਼ਰਾ ਆਪਣੇ ਸੁਣਨ ਵਾਲਿਆਂ ਦੇ ਨਾਲ ਸਾਂਝੀ ਕਰਾਂ, ਸੋ ਇਹ ਮਿੰਨਤ ਆ ਕਿ ਜੇ ਤੁਸੀਂ ਸਾਡੇ ਨਾਲ ਉਹਨੂੰ ਵੰਡੋ। ਦਰਬਾਰ ਸਾਹਿਬ, ਮੈਂ ਮੰਨਣਾ ਇਹ ਆ ਕਿ ਸਿੱਖਾਂ ਦਾ ਤਾਂ ਮਜ਼ਹਬੀ ਥਾਂ ਹੈ ਉਹ, ਮੈਂ ਉਹਨੂੰ ਪੰਜਾਬ ਦੀ ਸ਼ਕਲ ਵੀ ਮੰਨਣਾ, ਕਿਉਂਕਿ ਪੰਜਾਬੀਅਤ ਜਿਹੜੀ ਹੈ ਨਾ ਜੀ ਉਹਦੀ ਸ਼ਕਲ ਬਣਦੀ ਹੈ ਦਰਬਾਰ ਸਾਹਿਬ ਕਰਤਾਰਪੁਰ। ਅਤੇ ਦਰਬਾਰ ਸਾਹਿਬ ਨੂੰ, ਦਰਬਾਰ ਸਾਹਿਬ ਦੇ ਸਾਡੇ ਵਡੇਰੇ ਸਨ, ਬਾਬਾ ਬੁੱਢਾ ਸੀ, ਉਹਨੇ ਉੱਥੇ ਇੱਟਾਂ ਵੀ ਲਾਈਆਂ ਨੇ, ਨਿਗਰਾਨੀ ਵੀ ਉਸ ਕੰਮ ਦੀ ਕੀਤੀ ਹੈ। ਗ੍ਰੰਥ ਸਾਹਿਬ ਦਾ ਪਹਿਲਾਂ ਕਸਟੋਡੀਅਨ ਵੀ ਉਹ ਸੀ, ਗੁਰੂ ਸਾਹਿਬਾਨ ਨੂੰ ਵੀ ਮਤਲਬ ਤਿਲਕ ਲਾਉਣ ਵਾਲਾ ਉਹ ਸੀ। ਸੋ ਸਾਡਾ ਉਹਦੇ 'ਚ ਹਿੱਸਾ ਵੀ ਹੈ, ਲੇਕਿਨ ਉਹਦੇ 'ਤੇ ਹਮਲਾ ਤਾਂ ਮੈਨੂੰ ਇੰਝ ਲੱਗਾ ਜਿਵੇਂ ਮੇਰੇ ਆਪਣੇ ਜਿਸਮ 'ਤੇ, ਸਰੀਰ 'ਤੇ ਹਮਲਾ ਹੈ, ਉਹਦੇ 'ਤੇ ਸਾਰਾ ਕੁਝ ਚੱਲਿਆ ਮੈਂ, ਉਹ ਹੀ ਵੇਖਿਆ। 9 ਤਾਰੀਖ ਨੂੰ ਲਿਖੀ, ਰੋਂਦਿਆਂ ਹੀ ਰੋਂਦਿਆਂ ਹੀ, ਨਵਾਂ ਘੱਲੂਘਾਰਾ ਉਹਦਾ ਨਾਂ ਹੈ। 9 ਜੂਨ 84 'ਚ ਲਿਖੀ? 9 ਜੂਨ 84, ਉਹ ਨਵਾਂ ਘੱਲੂਘਾਰਾ ਆਪਰੇਸ਼ਨ ਬਲੂ ਸਟਾਰ 'ਤੇ। ਸੁਣ ਰਾਈਆ ਕਰਮਾਂ ਵਾਲਿਆ, ਮੈਂ ਬੇਕਰਮੀ ਦੀ ਬਾਤ, ਸੁਣ ਰਾਈਆ ਕਰਮਾਂ ਵਾਲਿਆ, ਮੈਂ ਬੇਕਰਮੀ ਦੀ ਬਾਤ, ਮੇਰਾ ਚੜ੍ਹਦਾ ਸੂਰਜ ਡੁੱਬਿਆ, ਮੇਰੇ ਦਿਨ ਨੂੰ ਖਾ ਗਈ ਰਾਤ, ਮੇਰੀ ਸਾਵੀ ਕੁੱਖ ਜਨਮਾ ਚੁੱਕੀ ਜਿਹੜੀ ਗੁਰੂ ਸਿਆਣੇ ਵੀਰ, ਅੱਜ ਤਪਦੀ ਭੱਠੀ ਬਣ ਗਈ ਅਤੇ ਉਹ ਵੀ ਵੇਖ ਅਸੀਰ, ਅੱਜ ਤਪਦੀ ਭੱਠੀ ਬਣ ਗਈ ਮੇਰੀ ਸਾਵੀ ਕੁੱਖ, ਅਖੀਰ ਵਿੱਚ ਫੁੱਲਿਆਂ ਵਾਂਗੂ ਖਿੜ ਪਏ ਮੇਰੇ ਸ਼ੇਰ ਜਵਾਨ ਅਤੇ ਪੀਰ, ਅੱਜ ਤਪਦੀ ਭੱਠੀ ਬਣ ਗਈ ਮੇਰੀ ਮਹਿਕਾਂ ਵੰਡਦੀ ਕੁੱਖ, ਅੱਜ ਮੇਰੇ ਥਣਾਂ 'ਚੋਂ ਚੁੰਘਦੇ ਮੇਰੇ ਬੱਚੇ ਲਹੂ ਅਤੇ ਦੁੱਖ, ਅੱਜ ਤਪਦੀ ਭੱਠੀ ਬਣ ਗਈ ਮੇਰੀ 7 ਸਮੁੰਦਰ ਅੱਖ, ਅੱਜ ਚੱਲੀ ਜਾਏ ਨਾ ਜੱਗ ਤੋਂ ਮੇਰੇ ਸ਼ਹੀਦੀਆਂ ਵਾਲੀ ਦੱਖ, ਅੱਜ ਤਪਦੀ ਭੱਠੀ ਬਣ ਗਈ ਮੇਰੀ ਚੂੜੇ ਵਾਲੀ ਬਾਂਹ, ਅੱਜ ਵਿੱਚ ਸ਼ਹੀਦੀ ਝੰਡਿਆਂ ਹੈ ਮੇਰਾ ਝੰਡਾ ਤਾਂ, ਅੱਜ ਤਪਦੀ ਭੱਠੀ ਬਣ ਗਿਆ ਮੇਰਾ ਸਗਲੇ ਵਾਲਾ ਪੈਰ,
ਅੱਜ ਵੈਰੀਆਂ ਕੱਢ ਵਿਖਾਲਿਆ ਹੈ ਪੰਜ ਸਦੀਆਂ ਦਾ ਵੈਰ। ਅੱਜ ਤਪਦੀ ਪੱਠੀ ਬਣ ਗਈ ਮੇਰੀ ਦੁੱਧਾਂ ਵੰਡ ਦੀ ਛਾਤ, ਮੈਂ ਆਪਣੀ ਰੱਤ ਵਿੱਚ ਡੁੱਬ ਗਈ ਪਰ ਬਾਹਰ ਨਾ ਮਾਰੀ ਚਾਤ। ਅੱਜ ਤਪਦੀ ਪੱਠੀ ਬਣ ਗਿਆ ਮੇਰਾ ਮੱਖਣ ਜਿਹਾ ਸਰੀਰ, ਮੈਂ ਕੁੱਖ ਸੜੀ ਵਿੱਚ ਸੜ ਮਰੇ ਮੇਰਾ ਰਾਂਝਾ ਮੇਰੀ ਹੀਰ। ਅੱਜ ਤਪਦੀ ਪੱਠੀ ਬਣ ਗਿਆ ਮੇਰਾ ਡਲਕਾ ਮਾਰਦਾ ਰੰਗ, ਮੈਂ ਮਰ ਜਾਣੀ ਵਿੱਚ ਸੜ ਗਿਆ ਅੱਜ ਮੇਰਾ ਇੱਕ ਇੱਕ ਅੰਗ। ਅੱਜ ਤਪਦੀ ਪੱਠੀ ਬਣ ਗਈ ਮੇਰੇ ਵਿਹੜੇ ਦੀ ਹਰ ਇੱਟ, ਜਿੱਥੇ ਦੁਨੀਆਂ ਮੱਥਾ ਟੇਕਦੀ ਉਹ ਬੂਟਾ ਛੱਡੀ ਪਿੱਟ, ਜਿੱਥੇ ਦੁਨੀਆਂ ਮੱਥਾ ਟੇਕਦੀ ਉਹ ਬੂਟਾ ਛੱਡੀ ਪਿੱਟ, ਮੇਰੇ ਬੁਰਜ ਮਨਾਰੇ ਢਾ ਦਿੱਤੇ, ਢਾ ਦਿੱਤਾ ਤਖ਼ਤ ਅਕਾਲ, ਮੇਰੇ ਸੋਹਣੇ ਰੰਗਾ ਰੰਗ ਅੱਜ ਮੇਰੇ ਲਹੂ ਨਾਲ ਲਾਲੋ ਲਾਲ, ਮੇਰੀਆਂ ਖੁੱਥੀਆਂ ਟੈਂਕਾਂ ਮੀਡੀਆਂ, ਮੇਰੀ ਲੋਹੀ ਬੰਬਾਂ ਗੁੱਤ, ਮੇਰੇ ਕੁੱਛੜ ਅੰਨੀਆਂ ਗੋਲੀਆਂ, ਪੁੰਨ ਸੁੱਟੇ ਮੇਰੇ ਪੁੱਤ, ਮੇਰਾ ਜੋੜਾ ਰਾਗ ਸੁਹਾਗ ਦਾ ਹੋਇਆ ਇੱਦਾਂ ਲੀਰੋ ਲੀਰ, ਜਿੱਦਾਂ ਕਿਰਚੀ ਕਿਰਚੀ ਹੋ ਗਈ ਮੇਰੇ ਸ਼ੀਸ਼ੇ ਦੀ ਤਸਵੀਰ, ਮੇਰਾ ਸ਼ੇਰ ਬਹਾਦਰ ਸੂਰਮਾ ਜਰਨੈਲਾਂ ਦਾ ਜਰਨੈਲ, ਉਸ ਮੌਤ ਵਿਆਹੀ ਹੱਸ ਕੇ ਉਹਦੇ ਦਿਲ 'ਤੇ ਰਤਾ ਨਮੈਲ, ਪਰ ਕੋਈ ਨਾ ਉਹਨੂੰ ਬੌੜਿਆ ਉਹਨੂੰ ਵੈਰੀਆਂ ਮਾਰਿਆ ਘੇਰ, ਉਂਝ ਡੱਕੇ ਰਹਿ ਗਏ ਘਰਾਂ ਵਿੱਚ ਮੇਰੇ ਲੱਖਾਂ ਪੁੱਤਰ ਸ਼ੇਰ। ਸੁਣ ਰਾਈਆ ਕਰਮਾਂ ਵਾਲਿਆ ਇਸ ਬੇਕਰਮੀ ਦੀ ਬਾਤ, ਮੇਰਾ ਚੜ੍ਹਦਾ ਸੂਰਜ ਡੁੱਬਿਆ ਮੇਰੇ ਦਿਨ ਨੂੰ ਖਾ ਗਈ ਰਾਤ, ਮੇਰੇ ਲੂ ਲੂ ਚੋਂ ਪਈ ਵਗਦੀ ਭਾਵੇਂ ਲਹੂ ਦੀ ਇੱਕ ਇੱਕ ਨਹਿਰ, ਮੈਂ ਅਜੇ ਜਿਉਂਦੀ ਜਾਗਦੀ ਮੈਂ ਚੱਲ ਗਈ ਸਾਰਾ ਕਹਿਰ, ਮੈਂ ਮਰ ਨਹੀਂ ਸਕਦੀ ਕਦੇ ਵੀ ਭਾਵੇਂ ਵੱਢਣ ਅੱਠੋ ਪੈਰ, ਭਾਵੇਂ ਦੇਣ ਤਸੀਹੇ ਰੱਜ ਕੇ ਭਾਵੇਂ ਰੱਜ ਪਿਆ ਵਣ ਜ਼ਹਿਰ, ਮੇਰੇ ਪੁੱਤਰ ਸਾਗਰ ਜ਼ੋਰ ਦਾ ਹਰ ਹਰ ਬਾਹ ਇੱਕ ਇੱਕ ਲਹਿਰ, ਮੇਰੇ ਪੁੱਤਰ ਪਿੰਡੋ ਪਿੰਡ ਨੇ ਮੇਰੇ ਪੁੱਤਰ ਸ਼ਹਿਰੋ ਸ਼ਹਿਰ, ਮੇਰੀ ਉਮਰ ਕਿਤਾਬ ਦਾ ਵੇਖ ਲੈ ਤੂੰ ਹਰ ਹਰ ਵਰਕਾ ਪੜ੍ਹ, ਜਦੋਂ ਭਾਰੀ ਬਣੀ ਏ ਮਾਂ 'ਤੇ ਮੇਰੇ ਪੁੱਤਰ ਆਏ ਚੜ੍ਹ, ਪੜ੍ਹ ਕਿੰਨੀ ਵਾਰੀ ਮਾਂ ਤੋਂ ਉਹਨਾਂ ਵਾਰੀ ਆਪਣੀ ਜਾਨ, ਪੜ੍ਹ ਕਿਸ ਦਿਨ ਆਪਣੀ ਮਾਂ ਦਾ ਉਹਨਾਂ ਨਹੀਂ ਸੀ ਰੱਖਿਆ ਮਾਣ, ਸੁਣ ਰਾਈਆ ਰਾਹੇ ਜਾਂਦਿਆ ਤੂੰ ਲਿਖ ਰੱਖੀ ਇਹ ਬਾਤ, ਮੇਰਾ ਡੁੱਬਿਆ ਸੂਰਜ ਚੜ੍ਹੇਗਾ ਉੜਕ ਮੁੱਕੇਗੀ ਰਾਤ। 9 ਜੂਨ 1984। ਇਹ ਲਿਖਤ ਦੇ ਵਿੱਚ ਲੁਕਿਆ ਦਰਦ ਆ ਜਿਹੜਾ ਉਹ ਹੋਰ ਕੋਈ ਵਜ਼ਾਹਤ ਤੇ ਨਹੀਂ ਮੰਗਦਾ, ਪਰ ਅੱਜ ਵੀ ਤੁਹਾਡੇ ਅੰਦਰ ਪੰਜਾਬ ਦੇ ਬਾਰੇ ਜਿਹੜਾ ਦਰਦ ਲੁਕਿਆ ਸੀਗਾ, ਕੀ ਵੇਖਦੇ ਜੇ ਹਾਲ ਹਾਲਾਤ ਹੁਕਮਰਾਨਾਂ ਦੇ ਵਤੀਰੇ, ਪੰਜਾਬ ਚੋਂ ਮੁੱਕਦੀਆਂ ਰਸਮਾਂ, ਰਹਿਤਲ ਹੁਬ ਪਿਆਰ? ਪੰਜਾਬ ਮੇਰੇ ਲਈ ਤੇ ਜੀ ਮੇਰਾ ਸੈਂਟਰ ਆਫ ਯੂਨੀਵਰਸ ਹੈ ਪੰਜਾਬ, ਮੈਂ ਲਿਖਿਆ ਕਈ ਥਾਂ ਕਈ ਆਨਾ, ਇਹਦਾ ਦੁੱਖ ਹੀ ਹੈ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅੱਛੀਆਂ ਜਿਹੜੀਆਂ ਸਾਡੀਆਂ ਰਵਾਇਤਾਂ ਨੇ ਉਹ ਰਹਿਣ, ਲੇਕਿਨ ਹੁਕਮਰਾਨ ਜਿਹੜੇ ਨੇ ਉਹ ਨਹੀਂ ਚਾਹੁੰਦੇ ਕਿ ਪੰਜਾਬ ਰਹੇ, ਇਕੱਠਾ ਰਹਿਣਾ ਤਾਂ ਦੂਰ ਦੀ ਗੱਲ ਹੈ, ਉਹ ਇੱਥੇ ਵੀ ਨਹੀਂ। ਅਸੀਂ ਸਾਨੂੰ 50 ਸਾਲ ਹੋ ਗਏ ਨੇ ਪੰਜਾਬੀ ਨੇ, ਆਉਂਦਿਆਂ ਪੰਜਾਬੀ ਲਈ ਕਿ ਇਹਨੂੰ ਪ੍ਰਾਇਮਰੀ ਜ਼ਰੀਏ ਤਾਲੀਮ ਬਣਾਓ। ਪਹਿਲਾਂ ਉਰਦੂ ਵਾਲੇ ਸਾਨੂੰ ਗਾਲਾਂ ਕੱਢਦੇ ਸਨ ਕਿ ਪਾਕਿਸਤਾਨ ਦੁਸ਼ਮਣ ਨੇ, ਪੰਜਾਬੀ ਲਿਖਣ ਵਾਲੇ ਇਹ ਪਾਕਿਸਤਾਨ ਤੋੜ ਦੇਣ ਲੱਗੇ ਨੇ, ਹੁਣ ਉਹ ਆਹ ਪੰਜਾਬੀ ਲਿਖਦੇ ਨੇ। ਹੁਣ ਉਹ ਆਉਂਦੇ ਨੇ ਨਹੀਂ ਜੀ, ਉਹ ਸਰਕਾਰ ਨੇ ਉਰਦੂ ਦੀ ਥਾਂ ਅੰਗਰੇਜ਼ੀ ਲਾ ਦਿੱਤੀ ਪ੍ਰਾਇਮਰੀ ਤੋਂ। ਸੋ ਸਰਕਾਰਾਂ ਦੀ ਇਹ ਪਾਲਿਸੀ ਨਹੀਂ ਕਿ ਪੰਜਾਬ ਦੇ ਲੋਕ ਪੜ੍ਹਨ ਲਿਖਣਗੇ, ਇਹਨਾਂ ਨੂੰ ਆਪਣੇ ਹਕੂਕ ਦਾ ਪਤਾ ਲੱਗੇ। ਲੜਾਈ ਜਾਰੀ ਹੈ, ਸਾਡੀ ਨਸਲ ਤੇ ਲੜੀ ਹੈ, ਅਗਲੀ ਵੀ ਲੜੇਗੀ। ਚਿਰ ਬੋਲਣ ਵਾਲੇ ਲੋਕ ਜਿਉਂਦੇ ਨੇ ਪਿੰਡਾਂ ਦੇ, ਪੰਜਾਬੀ ਨਹੀਂ ਮਰ ਸਕਦੀ। ਸੋ ਚੱਲੇਗਾ ਯੁੱਧ, ਚੱਲੇਗਾ ਔਰ ਹੱਕ ਲੈ ਕੇ ਰਹਿਣਗੇ ਲੋਕ ਆਪਣਾ।